हाँ जी भाई, कबड्डी मालवे की पेज देखने वाले सारे भरावों सत श्री अकाल। तो भाई जी, अज आप वीडियो बना रहे ना, ये जिला मानसा के पिंड झंडूके तो एक टूरनामेंट होया सी, जिथे एक प्लेयर नू जिहड़ा इधर सामने खड़ा अपना भरा सुखमन मीरपुर, इहदा सन्मान होया सी। भाई भाई कीता किहड़े भरावां वल्लों गया सी, दिखाओगे हैगी फोटो फोटो जी। तो आ भाई वल्लों सन्मान कीता गया सी, वीडियो च आउंदा नहीं, फोटो भाई बंद हो गई। तो बाकी सारी गल आपां तुहानूं दसदे आं वी किवें गलबात सीगी, तो वीडियो शेयर जरूर करिओ। आसी भाई ठीक है, ये ना की है भाई दा गोपी मोडा भाई, तो इधर लिखा भी वो सारा विशेष सन्मान सुखमन मीरपुर वालों गोपी मोडा पिंड झंडूके। भाई ये जिहड़ा सन्मान है, सब तो पहला तां दसो भी तुसीं कह के लिया सी कि किवें सी, कट्ठे जो सारे दस भाई सुखमन ठीक चनीर दे टूरनामेंट ते ठीक है भाई ਅਤੇ ਵੀ ਝੰਡੂਕੇ ਦੇ ਟੂਰਨਾਮੈਂਟ 'ਤੇ ਮੋਟਰਸਾਈਕਲ ਦਿੱਤਾ ਜਾਊਗਾ ਠੀਕ ਹੈ ਭਾਈ। ਅਤੇ ਭਾਈ ਇਹ ਤੁਹਾਡਾ ਮੋਟਰਸਾਈਕਲ ਦਾ ਅੱਜ ਏਜੰਸੀ ਵਾਲੇ ਭਰਾ ਰਿਹਾ, ਹੁਣ ਇਹਦਾ ਰੌਲਾ ਕੀ ਹੈ ਮੇਨ? ਰੌਲਾ ਤਾਂ ਬਈ ਕਿਸ਼ਤਾਂ ਦਾ, ਕਿਸ਼ਤਾਂ ਕਿਹੜਾ ਵੀ ਤੁਹਾਨੂੰ ਪਤਾ ਨਹੀਂ ਸੀਗਾ ਠੀਕ ਹੈ, ਅਤੇ ਹੁਣ ਇਹ ਆਈ ਸੀ ਬਾਈ ਕਹਿੰਦੀ ਕਿਸ਼ਤਾਂ ਕੌਣ ਭਰੂਗਾ ਠੀਕ ਹੈ, ਵੀ ਮੈਨੂੰ ਤਾਂ ਜ਼ਮਾਨਤ ਕਰਾ ਸੀ ਉਹ ਮੁੰਡੇ ਨੇ ਠੀਕ ਹੈ ਭਰਾ ਮੁੰਡੇ ਨੇ ਅੱਛਾ, ਅਤੇ ਉਹ ਕਹਿੰਦਾ ਵੀ ਕਿਸ਼ਤਾਂ ਹੁਣ ਮਤਲਬ ਕਿ ਕੋਈ ਗੱਲਬਾਤ ਫਿਰ ਪਤਾ ਨਹੀਂ ਸੀ ਉਸ ਨੂੰ ਵੀ ਕਿਸ਼ਤਾਂ 'ਤੇ ਵੀ ਕਹਿੰਦਾ ਉਹਨੇ ਫੋਨ ਨੇ ਫੋਨ ਵੀ ਲਾਇਆ ਸੀਗਾ ਠੀਕ ਹੈ, ਮੈਂ ਵੀ ਕਿਸ਼ਤਾਂ ਉਹ ਭਰੂ ਮੈਂ ਤਾਂ ਸਮਾਨਤ ਕਰਿਆ ਠੀਕ ਹੈ। ਪਹਿਲਾਂ ਬਾਈ ਤੁਹਾਨੂੰ ਐਂ ਪਤਾ ਸੀ ਵੀ ਕਿਸ਼ਤਾਂ 'ਤੇ ਕਿ ਨਗਦ ਹੈ? ਨਾ ਪਤਾ ਨਹੀਂ, ਤੁਹਾਨੂੰ ਪਹਿਲਾਂ ਕਢਾ ਕੇ ਦਿੱਤਾ ਸੀ ਠੀਕ ਹੈ, ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਇਹ ਕਿਸ਼ਤਾਂ 'ਤੇ ਆ ਬਾਈ? ਆਪ ਬਾਈ ਆਪ ਆਏ ਸੀ ਸਾਡੇ ਕੋਲੇ ਠੀਕ ਹੈ ਬਾਈ, ਤੇ ਸਾਨੂੰ ਤਾਂ ਪਤਾ ਨਹੀਂ ਬਾਈ ਇਹਦਾ ਫੋਨ ਆਇਆ ਕਹਿੰਦੇ ਵੀ ਕਿਸ਼ਤ ਰਹਿੰਦੀ ਆ। ਅੱਛਾ, ਆਏ ਸਾਰੇ ਤਾਂ ਸਾਨੂੰ ਤਾਂ ਕੋਈ ਨਹੀਂ ਪਤਾ ਲੱਗਿਆ ਨਾ ਬਾਈ, ਪਹਿਲਾਂ ਵੀ ਗੇੜੇ ਮਾਰਦੇ ਬਾਈ ਚੱਲ ਜਾਣ ਦੇ ਕਹਿੰਦੇ ਕਿਹੜੇ ਮੂੰਹ ਨਾਲ ਲਿਖੇ ਠੀਕ ਹੈ, ਤੇ ਬਾਈ ਜਦੋਂ ਫੋਨ ਲਾਉਣੇ ਆ ਅੱਗੋਂ ਸਾਨੂੰ ਸਿੱਧੇ ਨਹੀਂ ਬੋਲਦਾ ਕਿ ਤੁਹਾਡਾ ਕੀ ਮਤਲਬ ਹੋਇਆ ਫੋਨ ਲਾਉਣ ਦਾ, ਸਾਨੂੰ ਐਂ ਕਹਿੰਦਾ ਜੀ ਅਸੀਂ ਲਾਉਣੇ ਆ। ਅੱਛਾ, ਇਹਨਾਂ ਦਾ ਫੋਨ ਨਹੀਂ ਚੱਕਦਾ ਤੇ ਹੁਣ ਕੱਲ੍ਹ ਪਰਸੋਂ ਤੁਹਾਡਾ ਫੋਨ ਨਹੀਂ ਚੱਕਿਆ? ਅੱਛਾ ਬਾਈ, ਏਜੰਸੀ ਵਾਲੇ ਤੁਸੀਂ ਹੋ? ਹਾਂ ਬਾਈ। ਬਾਈ ਤੁਹਾਨੂੰ ਫੋਨ ਲਾਇਆ ਹੋ ਤੁਸੀਂ, ਕੀ ਗੱਲਬਾਤ ਹੋਈ, ਕੀ ਕਿਹਾ? ਗੱਲਬਾਤ ਬਾਈ ਇਹ ਹੋਈ ਸੀ ਜਦੋਂ ਉਹਨੂੰ ਫੋਨ ਲਾਇਆ, ਨੰਬਰ ਲੈਫਟ ਤੇ ਇਹਦਾ ਸੀ, ਇਹਨੂੰ ਬਾਈ ਨੂੰ ਮੈਂ ਫੋਨ ਲਾਇਆ ਕਹਿੰਦਾ ਵੀ ਮੈਨੂੰ ਤਾਂ ਸਨਮਾਨ ਕੀਤਾ ਗਾ ਠੀਕ ਹੈ, ਵੀ ਮੈਂ ਨਹੀਂ ਪਾਦਾ, ਮੈਨੂੰ ਨਹੀਂ ਪਤਾ ਕਿਸ਼ਤਾਂ ਦਾ ਕੀ ਗੱਲਬਾਤ ਆ, ਅਸੀਂ ਉਹਨੂੰ ਫੋਨ ਲਾਇਆ ਉਹ ਕਹਿੰਦਾ ਵੀ ਮੇਰੀ ਤਾਂ ਉਹਦੇ ਨਾਲ ਵਿਗੜ ਗਈ, ਮੈਂ ਕਿਸ਼ਤਾਂ ਨਹੀਂ ਪਾਦਾ। ਅੱਛਾ ਬਾਈ, ਕੀ ਕਿਵੇਂ ਵਿਗੜ ਕਿਵੇਂ ਗਈ ਤੁਹਾਡੀ? ਵਿਗੜੀ ਵੀ ਕੁਝ ਨਹੀਂ ਆ, ਕੁਝ ਨਹੀਂ, ਕੋਈ ਗੱਲਬਾਤ ਹੋਈ ਆ ਠੀਕ ਹੈ, ਮੋਟਰਸਾਈਕਲ ਦੀ ਆ ਵੀ ਉਹਨੂੰ ਆਏ ਵੀ ਹੁਣ ਮੈਥੋਂ ਦਿੱਤਾ ਨਹੀਂ ਗਿਆ ਜਾਂ ਕਿਵੇਂ। ਅੱਛਾ, ਅਤੇ ਬਾਈ ਫਿਰ ਮੋਟਰਸਾਈਕਲ ਦੇ ਨਾਲ ਜਿੱਦੇ ਕਢਾਇਆ ਸੀ ਕੋਈ ਤੁਹਾਡਾ ਬੰਦਾ ਹੈਗਾ ਸੀ ਕਿ ਕਿਵੇਂ ਗੱਲਬਾਤ? ਨਾ ਮੈਂ ਖੇਡਣ ਗਿਆ ਸੀਗਾ, ਇੱਕ ਦਿਨ ਪਹਿਲਾਂ ਕਢਾ ਕੇ ਲਿਆਈ ਝੰਡੂਆ, ਆਹ ਮੇਰਾ ਭਰਾ ਨਾਲ ਸੀ। ਅੱਛਾ ਬਾਈ, ਨਾਲ ਉਹਦੇ ਠੀਕ ਆ ਬਾਈ, ਮੋਟਰਸਾਈਕਲ ਤੋਂ ਕਢਵਾ ਲਿਆ ਇਹ, ਉਹਦੀ ਮੰਨ ਕੇ ਚੱਲ ਕੋਈ ਜਾਣ ਪਛਾਣ ਹੋਊ ਜਾਣ ਸੀਗੀ ਉੱਥੇ। ਅੱਛਾ, ਤੇ ਉਹਨਾਂ ਨੇ ਡਾਕੂਮੈਂਟ ਦੇ ਕੇ ਤੇ ਮਾੜਾ ਮੋਟਰਸਾਈਕਲ ਲਿਆ ਏ ਠੀਕ ਆ ਬਾਈ, ਮੰਨ ਕੇ ਚੱਲਦੇ ਮੇਰੇ ਭਰਾ ਤੇ ਨਾਂ ਕਰਵਾਤਾ ਵੀ ਆਪਾਂ ਨੂੰ ਕਾਪੀ ਕੂਪੀ ਵਧੀਆ ਬਣ ਕੇ ਆ ਜੀ ਠੀਕ ਆ ਵੀ, ਸਿੱਧੀ ਕਾਪੀ ਨਾ ਹੋ ਜੂ, ਕਾਪੀ ਬਣ ਕੇ ਆ ਜੀ ਠੀਕ ਆ, ਕਿਉਂਕਿ ਦੂਜੇ ਦਿਨ ਮੋਟਰਸਾਈਕਲ ਦੇਤਾ। ਅੱਛਾ, ਤੇ ਬਾਅਦ ਚ ਐਂ ਪਤਾ ਨਹੀਂ ਸੀ ਬਾਈ ਵੀ ਕਿਸ਼ਤਾਂ ਦਿੱਤਾ ਕਿ ਨਗਦ ਆ ਕਿ ਕਿਵੇਂ ਆ ਠੀਕ ਆ ਬਾਈ, ਤੇ ਬਸ ਉਸ ਤੋਂ ਬਾਅਦ ਕਹਿੰਦਾ ਮੈਂ ਨਹੀਂ ਕਿਸ਼ਤ ਭਰਦਾ, ਸਾਨੂੰ ਤਾਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿਸ਼ਤਾਂ ਦਾ ਠੀਕ ਹੈ। ਬਾਕੀ ਆਹ ਮੁੰਡੇ ਨੂੰ ਕਹਿੰਦਾ ਸੀ ਆ ਕਹਿੰਦਾ ਨਗਦ ਆ ਦਿੱਤਾ ਕਿਹੜਾ, ਕਿ ਮੈਂ ਕਿਹਾ ਸੀ ਯਾਰ ਨਗਦ ਕਿਹਾ ਸੀ ਬਾਈ, ਕਿੱਦੇ ਦੀ ਗੱਲ ਆ ਬਾਈ ਇਹ? ਅਸੀਂ ਇਕੱਠੇ ਗਏ ਜਿੱਥੇ ਦਿੱਲੀ ਗਏ ਸੀ ਇਕੱਠੇ। ਅੱਛਾ ਬਾਈ, ਅੱਛਾ ਕਹਿੰਦਾ ਚਲ ਨਗਦ ਕੈਸ਼ ਕਿਹੜਾ ਗਿਆ ਤੇ ਹੁਣ ਬਾਈ ਤੇਰੀ ਗੱਲ ਨਹੀਂ ਹੋਈ ਫਿਰ? ਫੋਨ ਨਹੀਂ ਚੱਕਦਾ, ਫੋਨ ਹੀ ਨਹੀਂ ਚੱਕਦਾ, ਕਿਸੇ ਦਿਨ ਬਾਕੀ ਲਾਇਆ ਸੀ ਉਹਨੂੰ ਫੋਨ, ਕਹਿੰਦਾ ਤੁਹਾਡਾ ਕੋਈ ਮਤਲਬ ਨਹੀਂ ਵਿੱਚ ਬੋਲਣ ਦਾ। ਅੱਛਾ ਬਾਈ, ਹੁਣ ਜੇ ਕਿਸੇ ਬੰਦੇ ਦਾ ਫੋਨ ਚੱਕਦਾ ਲਾ ਕੇ ਦੇਖ ਲਓ, ਆਪਾਂ ਦੇਖ ਹੀ ਲੈਂਦੇ ਹਾਂ ਗੱਲ। ਹਾਂ ਬਾਈ, ਤੁਸੀਂ ਦੇਖ ਲਓ ਹੈ ਨਾ ਵੀ ਜਾਂ ਤਾਂ ਅਗਲੇ ਨੂੰ ਚੀਜ਼ ਦੇ ਹੀ ਨਾ ਕਰੋ। ਬਾਕੀ ਕੁਲਦੀਪ ਚਹਿਲ ਤੁਹਾਨੂੰ ਪਤਾ ਹੈ ਬਾਈ, ਇਹੋ ਜਿਹੇ ਬੰਦੇ ਵੀ ਪਏ ਆ ਵਿੱਚ ਕੁਲਦੀਪ ਵਰਗੇ, ਜਿਹੜੇ ਗੱਡੀਆਂ ਦਿੰਦੇ ਆ ਹੈ ਨਾ, ਟਰੈਕਟਰ ਸ਼ਰਮੇ ਨੂੰ ਦਿੱਤਾ ਗਾ, ਜੱਗੂ ਨੂੰ ਗੱਡੀ, ਜਿਹੜੇ ਨਗਦ ਉਹ ਕਰਦੇ ਆ। ਅਤੇ ਬਾਈ ਹੁਣ ਨੰਬਰ ਵੀ ਆਪਾਂ ਲਾਇਆ ਗਾ, ਬੀ ਜੀ ਆਈ ਜਾਂਦਾ ਬਾਈ ਨੰਬਰ, ਮਤਲਬ ਤਾਂ ਬਲੋਕ 'ਚ ਨਾ ਹੋਰ ਨੰਬਰ ਲਾ ਕੇ ਦੇਖ ਲਓ ਬੰਦਾ ਤੇ ਬਾਈ। ਗੱਲ ਨਾ ਸਪਸ਼ਟ ਇਹ ਹੈਗੀ ਸਾਰਿਆਂ ਤੋਂ ਵੱਡੀ ਵੀ ਜ਼ਿਆਦਾ ਚੀਜ਼ ਦਿਆਣਾ ਕਰੋ। ਹੁਣ ਸਾਰਿਆਂ ਨੂੰ ਪਤਾ ਵੀ ਨਵਾਂ ਨਵਾਂ ਉੱਠਿਆ ਸੁਖਮਨ, ਪਿੱਛੇ ਜੇ ਤੁਹਾਨੂੰ ਪਤਾ ਵੀ ਕਲਸੀਆਂ ਵਰਗੀਆਂ ਵਧੀਆ ਵਧੀਆ ਟੀਮਾਂ ਨੂੰ ਹਰਾ ਕੇ ਨਾਂ ਵਧੀਆ ਬਣਿਆ ਮੁੰਡੇ ਦਾ, ਉਦੋਂ ਬਾਅਦ ਚਲੋ ਸੱਟ ਵੱਜ ਗਈ, ਤੁਸੀਂ ਦੇਖ ਸਕਦੇ ਹੋ ਘਰੋਂ ਵੀ ਠੀਕ ਠਾਕ ਆ ਬਾਈ, ਘਰ ਦੇ ਹਾਲਾਤ ਕੋਈ ਐਂ ਨਹੀਂ ਕਹਿ ਸਕਦੇ ਵੀ ਬਾਹਲੇ ਵਧੀਆ ਬਾਈ। ਜੇ ਐਂ ਲੈਣਾ ਹੁੰਦਾ ਤਾਂ ਅਗਲਾ ਆਪ ਹੀ ਲੈ ਲੈਂਦਾ, ਇਹ ਤਾਂ ਹੈ ਨਹੀਂ ਗਾ ਨਾ ਵੀ ਕਿਸ਼ਤਾਂ 'ਤੇ ਲੈ ਕੇ ਕਿਹੜਾ। ਹੋਰ ਵੀ ਪਲੇਅਰ ਜਿਹੜਿਆਂ ਨੂੰ ਬਾਈ ਸਨਮਾਨ ਮਿਲਦਾ ਬੁਲਾ ਦਿੰਦੇ, ਪਹਿਲਾਂ ਗੱਲ ਕਰ ਲਿਆ ਕਰੋ ਵੀ ਕਿਵੇਂ ਦੇਣਾ, ਕਿੰਨੇ ਰੁਪਏ ਭਰ ਕੇ ਦਿੱਤਾ ਵੀ ਕਿਸ਼ਤ 'ਤੇ ਪਤਾ ਤੁਹਾਨੂੰ? 11,000 ਰੁਪਇਆ ਡਾਊਨ ਪੇਮੈਂਟ ਭਰਿਆ। ਇਦੋਂ ਤਾਂ ਬਾਈ ਜੇ ਬਾਈ ਨੂੰ ਕਹਿੰਦੇ ਆ ਵੀ ਤੂੰ 11,000 ਨਾਲ ਸਨਮਾਨ ਕਰ ਦਿੰਦਾ ਨਾ, ਉਹ ਵੀ ਕੰਮ ਆ ਜਾਂਦਾ ਜੀ। ਹੁਣ ਆਹ ਦੇਖ ਲਓ ਏਜੰਸੀ ਵਾਲੇ ਖੜੇ ਹੈਗੇ ਬਾਈ, ਮੋਟਰਸਾਈਕਲ ਦਾ ਹੁਣ ਕਿਵੇਂ ਕਰੋਗੇ, ਰੱਖੋਗੇ ਕਿ ਕਿਵੇਂ? ਠੀਕ ਹੈ, ਹੁਣ ਲੈ ਸੁਖਮਨ ਨਾਲ ਗੱਲ ਵੀ ਹੋਈ ਸੀ ਫੋਨ 'ਤੇ, ਇਹ ਕਹਿੰਦਾ ਬਾਈ ਇਹੋ ਜਿਹੇ ਆਪਣੇ ਹਾਲਾਤ ਨਹੀਂ ਹੈਗੇ, ਇੱਕ ਤਾਂ ਉਂਗਰੇ ਬੈਠੇ, ਬਾਕੀ ਸਾਰਿਆਂ ਨੂੰ ਪਤਾ ਬਾਈ ਪਲੇਅਰਾਂ ਦਾ ਖਰਚਾ ਕਿੰਨਾ ਹੈ ਨਾ,
ਪਲੇਅਰ ਸੌਖਾ ਨਹੀਂ ਬਣਦਾ, ਬਹੁਤ ਮਿਹਨਤ ਕਰਨੀ ਪੈਂਦੀ ਹੈ ਫਿਰ ਜਾ ਕੇ ਬਣਦਾ। ਹੁਣ ਕਿੱਥੋਂ ਕਿਸ਼ਤ ਭਰਦੇ, ਕਿੰਨੀ ਕਿਸ਼ਤ ਆ ਬਾਈ ਮਹੀਨੇ ਦੀ? 230 ਰੁਪਏ ਕਿਸ਼ਤ ਹੈਗੀ। ਅਤੇ ਕਹਾਂ ਬੈਠਾ ਘਰ ਆ ਪੈਰ, ਤੁਸੀਂ ਦੇਖ ਲਓ ਸੱਟ ਵੱਜ ਰਹੀ ਹੈ, ਆਪਦੀ ਖੁਰਾਕ ਹੀ ਨਹੀਂ ਪੂਰੀ ਹੁੰਦੀ ਬਾਈ। ਬਾਕੀ ਬਾਈ ਕੁਛ ਕਹਿਣਾ ਚਾਹੋਗੇ? ਅਤੇ ਬਾਈ ਤੁਹਾਨੂੰ ਦੱਸ ਦਈਏ, ਆਪਾਂ ਪਿੰਡ ਦੀ ਪੰਚਾਇਤ ਵੀ ਖੜੀ ਹੈ, ਇੱਧਰ ਬਾਈ ਸਰਪੰਚ ਵਰਗੇ ਨਰਮ ਜਿਹਾ ਬੰਦਾ ਵਿਚਾਰਾ ਤਾਂ ਬੋਲਿਆ ਨਹੀਂ ਕਦੇ ਬਾਈ, ਕਹਿੰਦਾ ਵਾਲਾ ਮੈਂ। ਅਤੇ ਬਜ਼ੁਰਗੋ ਕੁਛ ਕਹਿਣਾ ਚਾਹੋਗੇ ਤੁਸੀਂ? ਬਾਈ ਬੇਨਤੀ ਕਰਾਂਗੇ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਬਾਕੀ ਕਿਸੇ ਵੀ ਪਲੇਅਰ ਨੂੰ ਕੋਈ ਸਨਮਾਨ ਹੁੰਦਾ ਬਾਈ, ਉਹਨਾਂ ਨੂੰ ਬੇਨਤੀ ਹੈ ਵੀ ਪਹਿਲਾਂ ਪੁੱਛ ਲਿਆ ਕਰੋ ਵੀ ਕਿਵੇਂ ਸਨਮਾਨ ਕਰਨਾ, ਕਿਉਂਕਿ ਅੱਜ ਕੱਲ੍ਹ ਇਹ ਕੰਮ ਬਹੁਤ ਚੱਲ ਰਿਹਾ ਹੈਗਾ। ਕਈ ਪਲੇਅਰਾਂ ਨੂੰ ਤਾਂ ਆਪਾਂ ਇਹ ਵੀ ਦੇਖਿਆ ਵੀ ਕਿਸੇ ਨੇ ਟਰੈਕਟਰ ਬੋਲਤਾ ਮੁੜ ਕੇ ਦਿੱਤਾ ਨਹੀਂ ਕਿਸੇ, ਕਿਤੇ ਕਿਵੇਂ ਕਿਤੇ ਕਿਵੇਂ। ਅਤੇ ਹੁਣ ਤੁਸੀਂ ਲਾ ਲਓ ਸਾਹਿਬ, ਵਿਆਹ ਨਾਲ ਤਾਂ 11,000 ਬਾਈਆਂ ਦਾ ਖੂਹ 'ਚ ਗਿਆ ਹੈ ਨਾ, ਉਹਨੇ ਜਿਹੜਾ ਦਿੱਤਾ ਹੈਗਾ ਉਹ ਖੂਹ 'ਚ ਗਿਆ, ਅਤੇ ਨਾਲੇ ਇਹਦਾ ਕੋਈ ਕੰਮ ਨਹੀਂ ਆਇਆ। ਹੁਣ ਕਿੱਥੋਂ ਦੇਵੇ ਬੰਦਾ ਪੈਰ 'ਤੇ ਸੱਟ ਵੱਜ ਰਹੀ ਆ, ਖੜ੍ਹਾ ਸੁਖਮਣਾ ਵਧੀਆ ਚਲੋ ਖੇਡਣ ਲੱਗਿਆ ਸੀ ਅਤੇ ਉਂਗਲ ਤਾਂ ਜੋੜ 'ਚੋਂ ਟੁੱਟ ਗਈ, ਕਹਿੰਦੇ ਸੱਟਾਂ ਕਈ ਵੱਜ ਗਈਆਂ। ਬਾਈ ਹਿਸਾਬ ਲਾ ਲਓ ਸਾਰੇ ਬੰਦੇ ਆਪ ਹੀ, ਬਾਈ ਕਿੱਧਰ ਜਾਵੇ ਬੰਦਾ? 11,000 ਰੁਪਇਆ ਨਗਦ ਹੀ ਦਿੱਤਾ ਹੁੰਦਾ ਇਹਦੇ ਨਾਲ ਤਾਂ ਬਾਈ ਫਾਇਦੇ 'ਚ ਸੀ ਕਿ ਨਹੀਂ ਬਾਈ? ਇਹ ਤਾਂ ਹੈਗਾ ਗਾ ਵੀ ਚੱਲ ਬਈ 11,000 ਨਾਲ ਸਨਮਾਨ ਹੋ ਗਿਆ, ਹੁਣ ਤੁਸੀਂ ਨਾਲ ਤਾਂ ਮੋਟਰਸਾਈਕਲ ਵਾਲੀ ਕਲੋਲ ਜੀ ਕਰਤੀ, ਠੀਕ ਹੈ ਜੇ ਸਿੱਧਾ ਹੀ ਆਪਾਂ ਕਹੀਏ, ਨਾਲੇ ਆਪਦਾ ਬਾਈ ਨਾ ਖਰਾਬ ਕਰਨਾ, ਕੀ ਫਾਇਦਾ ਬਾਈ? ਹੁਣ ਕਹਾਂ ਫੋਨ ਨਹੀਂ ਚੱਕਦਾ, ਕੱਲ੍ਹ ਨੂੰ ਕੋਈ ਬੰਦਾ ਸਾਨੂੰ ਫੋਨ ਕਰਕੇ ਕਹੇ ਵੀ ਵੀਡੀਓ ਕਿਉਂ ਪਾਈ, ਸਾਰੇ ਬੰਦਿਆਂ ਦੇ ਸਾਹਮਣੇ ਦੁਬਾਰੇ ਵੀ ਬਾਈ ਫੋਨ ਲਾ ਲਓ, ਆਪਾਂ ਫੋਨ ਵੀ ਲਾਇਆ ਗਾ ਅਤੇ ਫੋਨ ਵੀ ਬਾਈ ਹੁਣ ਲੱਗਦਾ ਨਹੀਂ, ਹੋਰ ਬੰਦੇ ਕੋਲੋਂ ਬਾਈ ਦੇਖ ਲਓ ਲਾ ਕੇ ਨੰਬਰ। ਬਾਈ ਤੁਹਾਨੂੰ ਏਜੰਸੀ ਵਾਲਿਆਂ ਨੂੰ ਸਿੱਧਾ ਹੀ ਕਹਿਤਾ ਫਿਰ? ਬਾਈ ਅਸੀਂ ਫੋਨ ਲਾਇਆ ਸੀ ਸਾਡੇ ਕੋਲ ਜਦੋਂ ਮੰਡਲ ਇੰਡਸਿੰਡ ਬੈਂਕ ਦਾ ਲੋਨ ਆ ਮੋਟਰਸਾਈਕਲ, ਠੀਕ ਹੈ ਬਾਈ, ਅਤੇ ਫੋਨ ਲਾਇਆ ਬਾਈ ਨੂੰ ਅਤੇ ਬਾਈ ਦਾ ਨੰਬਰ ਉਹਨੇ ਪਵਾਤਾ, ਬਾਈ ਨੂੰ ਕੁਛ ਦੱਸਿਆ ਨਹੀਂ ਗਾ ਉਹਨੇ, ਠੀਕ ਹੈ ਗੱਲਬਾਤ ਆ। ਮੈਂ ਤਾਂ ਹੁਣ ਫੋਨ ਇਸ ਨੂੰ ਲਾਉਣਾ ਸੀਗਾ, ਫੋਨ ਲਾਇਆ ਮੈਨੂੰ ਨਹੀਂ ਪਤਾ ਸੀ ਵੀ ਬਾਈ ਦਾ ਨਾਮ ਅਵਤਾਰ ਆ ਜਾਂ ਮੈਨੂੰ ਤਾਂ ਬਸ ਹੁਣ ਦੇ ਨਾਂ ਤੋਂ ਜਾਣਦੇ ਸੀ, ਠੀਕ ਹੈ ਗੱਲ। ਮੈਨੂੰ ਫੋਨ ਲਾਇਆ ਇਹ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਇਹਨੇ ਬਾਈ ਦਾ ਉਹਦਾ ਨੰਬਰ ਦਿੱਤਾ ਗੋਪੀ ਦਾ, ਅੱਛਾ ਕਹਿੰਦਾ ਵੀ ਉਹ ਕਿਸ਼ਤਾਂ ਭਰੂਗਾ, ਵੀ ਮੈਨੂੰ ਤਾਂ ਸਨਮਾਨ ਦਿੱਤਾ, ਅੱਛਾ ਉਹਨੂੰ ਫੋਨ ਲਾਇਆ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਪੜਦਾ ਵੀ ਐਂ ਕਰਕੇ ਵੀ ਕਿਸ਼ਤਾਂ ਤਾਂ ਉਹੀ ਭਰੂਗਾ, ਮੇਰੇ ਨਾਲ ਤਾਂ ਉਹਦੀ ਵਿਗੜੀ, ਅੱਛਾ ਹਾਂ। ਅਤੇ ਵਿਗੜੀ ਬਾਈ ਕੋਈ ਹੈ ਨਹੀਂ? ਹੈ ਵਿਗੜੀ ਨਾ ਕੋਈ ਗੱਲਬਾਤ ਨਹੀਂ ਹੈ। ਅੱਛਾ ਅਤੇ ਬਾਈ ਵੱਡੇ ਅੱਖਰਾਂ 'ਚ ਨਾਂ ਲਿਖਿਆ ਦੇਖ ਲਓ ਤੁਸੀਂ ਹੈ ਨਾ, ਅਤੇ ਹੁਣ ਬਾਈ ਬਿਜੀ ਆਉਂਦਾ ਗਾ, ਫੋਨ ਲਾਇਆ ਸੀ ਹੁਣ ਵੀ, ਤੁਸੀਂ ਲਾ ਲਓ ਸਾਹਿਬ। ਬਾਕੀ ਬਾਈ ਵਾਰੀ ਵਾਰੀ ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਹਾਂ ਨਾ ਵੀ ਜੇ ਕਿਸੇ ਵੀ ਭਰਾ ਨੇ ਹੋਰ ਨੇ ਵੀ ਟੂਰਨਾਮੈਂਟ 'ਤੇ ਕੋਈ ਉਹ ਕਰਨਾ, ਇਦੋਂ ਤਾਂ ਨਗਦ ਸਨਮਾਨ ਕਰਦਿਆ ਕਰੋ, ਪਰ ਆਹ ਚੀਜ਼ਾਂ ਦਾ ਬਾਈ ਕੋਈ ਫਾਇਦਾ ਨਹੀਂ। ਅਤੇ ਵੀਡੀਓ ਬਾਈ ਸ਼ੇਅਰ ਕਰਿਓ ਤਾਂ ਕਿ ਗਾਹਾਂ ਤੋਂ ਹੋਰ ਭਰਾ ਨੇ ਜਿਹੜੇ ਮੰਨ ਲਓ ਖਿਡਾਰੀ ਵੀ ਕਹਿ ਦਈਏ ਅਤੇ ਜਿਹੜਿਆਂ ਨੇ ਸਨਮਾਨ ਵੀ ਦੇਣਾ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਪਤਾ ਲੱਗ ਜਾਵੇ ਵੀ ਯਾਰ ਐਵੇਂ ਕੋਈ ਕਲੋਲ ਜੀ ਨਾ ਕਰੀਏ। ਧੰਨਵਾਦ ਬਾਈ, ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਬਾਈ ਕਿਸੇ ਨੇ ਕੋਈ ਗੱਲਬਾਤ ਕਰਾਈਂਦੀ ਹੋਵੇ ਕਹਿਣੀ ਹੋਵੇ ਦੱਸ ਦਿਓ, ਇੱਕ ਮੈਂ ਕੋਈ ਗੱਲਬਾਤ ਬਾਈ ਤੇਰਾ ਤਾਂ ਨਹੀਂ ਸਕੂਟਰ ਕਿਤੇ ਤੈਨੂੰ ਵੀ ਮਿਲਿਆ ਸੀਗਾ, ਹੋਰ ਇਹਨਾਂ ਨੂੰ ਬਾਈ ਦੋਨੇ ਮੁੰਡਿਆਂ ਨੂੰ, ਆਹ ਸੁਖਮਨ ਨੂੰ ਇੱਧਰ ਏਕ ਨੂੰ ਸਕੂਟਰ ਮਿਲਿਆ ਸੀ, ਉਹ ਹੋਰ ਮੁੰਡਿਆਂ ਵੱਲੋਂ ਸੀ ਕਿਹਦੇ ਨਾਲ ਬਾਈ? ਠੀਕ ਆ ਇਹ ਭਰਾਵਾਂ ਵੱਲੋਂ ਸੀਗਾ ਹੈ ਨਾ। ਅਤੇ ਚਲੋ ਬਾਈ ਵੀਡੀਓ ਸ਼ੇਅਰ ਕਰਿਓ, ਧੰਨਵਾਦ। ਗਾਹਾਂ ਨੂੰ ਇਹੀ ਬੇਨਤੀ ਕਰਦੇ ਇਦੂ ਤਾਂ ਬਾਈ 3100 ਦੇ ਦਿੰਦਾ, ਕੰਮ ਤਾਂ ਆ ਜਾਂਦਾ 11,000 ਵੀ ਛੱਡ, ਪਰ ਆਹ ਬਾਈ ਕੋਈ ਦਮ ਵਾਲੀ ਗੱਲ ਨਹੀਂ।